اتنا پیار کے قدر قدر نبی پاک نماز پڑھ کے نکلنا پہ حضور نے بچے انہوں فرمانا بچوں کی تارہ بنا لو بچے کی تارہ جو کھڑے ہو جانا پہ نبی پاک نے دوڑ لگا دینی پہ حضور نے فرمانا جیڑا بچہ میں محمد نے پہلے ہاتھ لگاوے گا میں انہوں اینی آن کھجورہ دے وہاں گا بچیاں دوڑ کے کسی حضور دے دامن نہ لپڑ جانا کسی حضور نے جب تھن مار لینا کسی حضور دے کھلیا پہ چڑھ جانا کسی نے حضور لٹا کے اوپر لیٹ جانا حضور نماز پڑھ کے نکل دینا بچے بیٹھے کھیل رہے اس طرح کر کے نہ نبی پاک دیوارے مسجد نبی دینا دیکھ لگا کے گلی چ بیٹھ جانا ڈولا کے بیٹھ جانا اپنی گردن نکال کے باہر گلی چ ویکھیا تے اودی نگاہ حضور دے چہرے تے پے گئی مائی تے کھڑکی بند کر کے دوڑ گئی تو محمد ہے سنیا نو ویکھ کے لوگوں دے ایمان بدل جاندے نے مائی نے کھڑکی بند کی تے اللہ فرمائے جی بڑی علم مائی من جنت دینی ہے دوپہر ویلے گزر ہویا تے دیکھا کہ بچے بھی کھیلن تے حضور بھی بیٹھے بچے نو کہن لگے چل صبح تک کھیلے چل گھر سید العالمین نے فرمایا کھیلن دے صحابی چلے گئے شام ویلے آئے تے دیکھا بچے بھی کھیلن تے حضور بھی بیٹھے پتر بل جاون تو پہلے خیال آئے کہ واری ویکھا ماہی دی کی مرضی ہے سرکار بن دیکھا تو میرے نبی پاک مسکرا کے فرما چلو لے جاؤ بچے نو پکڑ کے تے حضور دی بارگاہ چ لے کے آئے تھے عرض کیتی یا رسول اللہ دو بار کیوں نہیں لے کے جان دیتا میرے کریم نے فرما تینوں کی لگتا میں سویر دا گلی چ لے میں بیٹھا عرض کیتی سونا بچہ کی فرمایا ویکھ کے نہ بچے چتی یتیم پیا کھیڑدا جے تو اپنے پتر نو لے جاندو خیال ہونا سی کدے میرا بھی ابو ہوندا تے مینوں بھی لینا ہوندا فرمایا میں سویر دا گلی چ سی یتیم واسطے بیٹھا اون خیال آوے جدا کوئی نہ ہوے او دا کملی والا تے بیٹھا ہی ہے سبحان اللہ انہاں بچیاں نال میرے نبی دا پیار ہی ہے جی او نبی پاک نہ پیار کر دینا تے حضور انہاں بچیاں نال پیار کر دینا قولاں دے والی جدوں نماز پڑھ کے نکل جائے کسے بچے دے سر تے آ
ਆ ਗਿਆ। ਹਜ਼ਰਤ ਅਬੂ ਮਖਜ਼ੂਰ ਰਜ਼ੀ ਅੱਲਾਹੁ ਤਾਲਾ ਅਨਹੁ ਦੇ ਬਾਲਾਂ ਦੀ ਲਿੱਟ ਪੈਰਾਂ ਤੱਕ ਲੰਬੀ ਸੀ। ਫਰਮਾਨਾ ਬਾਲਾ ਨੂੰ ਮੇਰੇ ਮਾਹੀ ਦੇ ਹੱਥ ਲੱਗ ਗਏ। ਉਹਨਾਂ ਬੱਚਿਆਂ ਦਾ ਪਿਆਰ ਕੀ ਮੈਂ ਪੀ ਰਜਮ ਅਲੀ ਸਾਹਿਬ ਕੀ ਮੈਂ ਸੁਣਾਵਾਂ। ਇੱਕ ਦਿਨ ਨਬੀ ਪਾਕ ਨੇ ਇੱਕ ਖਜੂਰ ਖਾ ਕੇ ਤੇ ਗੁੱਠਲੀ ਸੱਟੀ। ਸੁਭਾਨ ਅੱਲਾਹ। ਇੱਕ ਛੋਟਾ ਜਿਹਾ ਬੱਚਾ ਬੈਠਾ ਉਹਨੇ ਦੌੜ ਕੇ ਜਾ ਕੇ ਨਾ ਗੁੱਠਲੀ ਉਠਾਈ ਮੂੰਹ ਚ ਡਾਲੀ ਤੇ ਚੂਸ ਰਿਹਾ। ਸੁਭਾਨ ਅੱਲਾਹ। ਕਿਆ ਤਰਬੀਅਤ ਕੀਤੀ ਸੀ ਮਾਵਾਂ ਨੇ। ਕਿਆ ਬਾਤ ਕਿਆ ਬਾਤ। ਹਜ਼ਰਤ ਇਮਾਮ ਇਬਨ ਹਜਰ ਅਸਕਲਾਨੀ ਰਹਿਮਤੁਲਲਾਹ ਅਲੈਹ ਫਰਮਾਉਂਦੇ ਨੇ ਇਹੋ ਹੀ ਬੱਚਾ ਹੈ। ਇੱਕ ਦਿਨ ਨਬੀ ਪਾਕ ਤਹੱਜੁਦ ਦੀ ਨਮਾਜ਼ ਪੜ੍ਹਦੇ ਤੇ ਬੱਚੇ ਨਬੀ ਆ ਕੇ ਨਾ ਪਿੱਛੇ ਖੜੇ ਹੋ ਕੇ ਤੁਸੀਂ ਵੀ ਫਰਜ਼ ਮਸਜਿਦ ਵਿੱਚ ਪੜਿਆ ਕਰੋ ਤੇ ਸੁਨਤਾ ਤੇ ਨਫਲ ਕਦੇ ਕਦੇ ਘਰ ਪੜਿਆ ਕਰੋ। ਕਿਉਂਕਿ ਬੱਚੇ ਉਹ ਨਹੀਂ ਕਰਦੇ ਜੋ ਮਾਂ ਬਾਪ ਕਹਿੰਦੇ ਨੇ, ਬੱਚੇ ਉਹ ਕਰਦੇ ਨੇ ਜੋ ਮਾਂ ਬਾਪ ਕਰਦੇ ਨੇ। ਬੱਚਿਆਂ ਦੇ ਸਾਹਮਣੇ ਨਮਾਜ਼ ਪੜਿਆ ਕਰੋ ਤਾਂ ਕਿ ਬੱਚਿਆਂ ਨੂੰ ਵੇਖ ਕੇ ਆਦਤ ਹੋਵੇ। ਨਬੀ ਪਾਕ ਦਾ ਹਜਦ ਨਵਾਫਿਲ ਪੜ੍ਹਦੇ ਤੇ ਬੱਚੇ ਨੇ ਪਿੱਛੇ ਆ ਕੇ ਨਾ ਖਲੋ ਕੇ ਮੁੰਡੇ ਵੀ ਨੀਯਤ ਕਰ ਲਈ। ਇਮਾਮ ਹਜ ਇਬਨ ਹਜਰ ਅਸਕਲਾਨੀ ਫਰਮਾਉਂਦੇ ਨੇ ਇਸ ਤਰ੍ਹਾਂ ਮੇਰੇ ਨਬੀ ਕੰਨ ਤੋਂ ਪਕੜ ਕੇ ਨਾ ਉਹ ਬੱਚੇ ਨੂੰ ਬਰਾਬਰ ਖੜਾ ਕੀਤਾ। ਬੱਚਾ ਫਿਰ ਪਿੱਛੇ, ਹਜ਼ੂਰ ਫਿਰ ਬਰਾਬਰ ਕੀਤਾ, ਬੱਚਾ ਫਿਰ ਪਿੱਛੇ, ਨਬੀ ਪਾਕ ਨੇ ਫਿਰ ਬਰਾਬਰ ਖੜਾ ਕੀਤਾ, ਬੱਚਾ ਫਿਰ ਪਿੱਛੇ। ਨਮਾਜ਼ ਮੁਕੰਮਲ ਕਰਕੇ ਤੇ ਹਜ਼ੂਰ ਫਰਮਾਉਂਦੇ ਨੇ ਬੇਟਾ ਮੈਂ ਤੈਨੂੰ ਬਰਾਬਰ ਖੜਾ ਕਰਦਾ ਸਾਂ, ਹੁੰਦਾ ਕਿਉਂ ਨਹੀਂ ਸੀ। ਬੱਚੇ ਜਿਹੜਾ ਜਵਾਬ ਦਿੱਤਾ ਨਾ ਮੇਰੀ ਤੇ ਤੁਹਾਡੀ ਸਾਰੀ ਮਾਫਤ ਦਾ ਨਿਚੋੜ। ਉਹ ਛੋਟੇ ਜਿਹੇ ਬੱਚੇ ਹਜ਼ੂਰ ਦੇ ਰੁਖੇ ਅਨਵਰ ਵੱਲ ਵੇਖ ਕੇ ਅੰਦਰ ਕੀਤੀ ਕਮਲੀ ਵਾਲਿਆ ਮੈਂ ਤੇਰੇ ਬਰਾਬਰ ਕਿਵੇਂ ਖਲੋਵਾਂ। ਅੰਮੀ ਨੇ ਤਾਂ ਦੱਸਿਆ ਕਿ ਮਿਰਾਜ ਦੀ ਸ਼ਬ ਤੇਰੇ ਬਰਾਬਰ ਕੋ ਰੱਬ ਦਾ ਨਬੀ ਵੀ ਖੜਾ ਨਹੀਂ ਸੀ ਹੋਇਆ। ਮੇਰੇ ਨਬੀ ਨੂੰ ਸਭ ਬੱਚੇ ਦੀ ਅਦਾ ਪਸੰਦ ਆਈ। ਹਜ਼ਰਤ ਅਬਦੁੱਲਾ ਬਿਨ ਮਸੂਦ ਰਜ਼ੀ ਅੱਲਾਹੁ ਤਾਲਾ ਅਨਹੁ ਫਰਮਾਉਂਦੇ ਨੇ ਇਹ ਉਹ ਹੀ ਬੱਚਾ ਜਿਹਨੂੰ ਇਬਨੁਲ ਉਮਾ ਕਿਹਾ ਜਾਂਦਾ, ਇਸ ਉਮਤ ਦਾ ਸਭ ਤੋਂ ਵੱਡਾ ਆਲਿਮ, ਕੁਰਾਨ ਮਜੀਦ ਦਾ ਪਹਿਲਾ ਮੁਫਸਰ। ਖੁਦਾ ਦੇ ਰਾਜ਼ ਪਿਆ ਵੇਖਦਾ ਹੈ। ਇਹ ਉਹ ਹੀ ਬੱਚਾ ਜਿਹਨੂੰ ਅੱਜ ਦੁਨੀਆ ਹਜ਼ਰਤ ਅਬਦੁੱਲਾ ਇਬਨ ਅੱਬਾਸ ਰਜ਼ੀ ਅੱਲਾਹੁ ਤਾਲਾ ਅਨਹੁ ਕਹਿੰਦੀ ਹੈ। ਪਾਕ ਪਤਨ ਦੇ ਰਹਿਣ ਵਾਲਿਓ, ਜਿਹੜਾ ਬੱਚਾ ਨਬੀ ਦੀ ਖਜੂਰ ਦੀ ਗੁੱਠਲੀ ਚੂਸੇ ਉਹਦੇ ਉਮਰ ਦਾ ਵੱਡਾ ਯਾਲੇ ਬਣੇ ਤੇ ਜਿਹੜਾ ਹੁਸੈਨ ਚੂਸੇ ਮੁਹੰਮਦ ਦੀ ਜ਼ੁਬਾਨ। ਫਿਰ ਉਹਨਾਂ ਦੀ ਅਜ਼ਮਤ ਨੂੰ ਕੌਣ ਬਿਆਨ ਕਰੇ ਜਿਹੜੇ ਚੂਸਣ ਦੀ ਮੁਸਤਫਾ ਦੀ ਜ਼ੁਬਾਨ। ਗ੍ਰਾਮੀ ਕਦਰ ਹਜ਼ਰਤ ਉਹਨਾਂ ਬੱਚਿਆਂ ਦਾ ਨਬੀ ਪਾਕ ਦਾ ਪਿਆਰ ਹੀ ਕੁਝ ਵੱਖਰਾ ਜਿਹਾ। ਮੈਂ ਗੱਲ ਸੁਣਾ ਦੇਵਾਂ ਜਸ਼ਨ ਮਦੀਨੇ ਵਾਲੇ ਦਾ। ਉਹ ਤੇ ਉਹ ਸਨ ਨਾ ਸਾਡੇ ਦੌਰ ਦੀ ਗੱਲ, ਹਜ਼ਰਤ ਪੀਰ ਜਮਾਤ ਅਲੀ ਸ਼ਾਹ ਸਾਹਿਬ ਮੁਹੱਦਿਸ ਅਲੀ ਪੂਰੀ, ਹਜ਼ਰਤ ਅਮੀਰ ਮਿਲਤ ਰਹਿਮਤੁਲਲਾਹ ਅਲੈਹ, ਇਹ ਉਹ ਬਾਬਾ ਜਿਹਨੇ ਜ਼ਿੰਦਗੀ ਚ 70 ਹਜ ਕੀਤੇ ਨੇ। ਜ਼ਿਆਦਾ ਜ਼ਿੰਦਗੀ ਮਦੀਨਾ ਤੈਯਬਾ ਗੁਜ਼ਰੀ। ਅੱਜ ਵੀ ਮਦੀਨਾ ਤੈਯਬਾ ਚਲੇ ਜਾਓ ਤੇ ਬਾਬਾ ਜੀ ਨੇ ਜਿਹੜੇ ਲੰਗਰ ਖਾਨੇ ਬਣਾਏ ਸਨ ਜਿਨ੍ਹਾਂ ਦੇ ਉੱਤੇ ਜਮਾਤ ਮੰਜ਼ਰ ਲਿਖੇ, ਅੱਜ ਵੀ ਮਦੀਨਾ ਤੈਯਬਾ ਉਹ ਲੰਗਰ ਖਾਨੇ ਮੌਜੂਦ ਨੇ। ਸਾਰੀ ਜ਼ਿੰਦਗੀ ਬਾਬੇ ਦੀ ਮਦੀਨਾ ਤੈਯਬਾ ਗੁਜ਼ਰ ਗਈ। ਅਰਬੀਆਂ ਨੇ ਆਪ ਨੂੰ ਲਕਬ ਦਿੱਤਾ ਅਬੂ ਅਲ ਆਰਬ, ਕਿਉਂਕਿ ਅਰਬੀ ਉਦੋਂ ਗਰੀਬ ਸਨ ਤੇ ਬਾਬਾ ਜੀ ਬੜੇ ਅਮੀਰ ਸਨ ਤੇ ਦੌਲਤ ਲੈ ਕੇ ਅਰਬੀਆਂ ਨੂੰ ਇੰਨੇ ਤਕਸੀਮ ਕਰਕੇ ਖਿਲਾਉਂਦੇ ਨੇ ਜਿਵੇਂ ਬਾਪ ਆਪਣੇ ਬੱਚਿਆਂ ਨੂੰ ਖਿਲਾਉਂਦਾ ਹੈ। ਆ ਫਰਮਾਤ ਨੇ ਇੱਕ ਦਿਨ ਮੈਂ ਹਜ਼ੂਰ ਦੇ ਲੋਹ ਦਾ ਅਨਵਰ ਦੇ ਕਰੀਬ ਤੋਂ ਗੁਜ਼ਰ ਰਿਹਾ ਤੇ 10 ਸਾਲ ਦਾ ਬੱਚਾ ਅਰਬੀ ਲਿਬਾਸ ਪਹਿਨਿਆ, ਨਬੀ ਪਾਕ ਦੇ ਗੁੰਬਦ ਖਿਦਰਾ ਵੱਲ ਵੇਖੀ ਜਾਵੇ ਤੇ ਰੋਈ ਜਾਵੇ, ਰੋਈ ਜਾਵੇ ਤੇ ਰੋਈ ਜਾਵੇ। ਤੇ ਉਹ ਪੀਰ ਜਮਾਤ ਅਲੀ ਸ਼ਾਹ ਜੀ ਦੇ ਮੁਰੀਦ ਦੇ ਪੈਰਾਂ ਥੱਲੇ ਮਦੀਨੇ ਦੇ ਕੁੱਤੇ ਦਾ ਪੈਰ ਆਇਆ। ਆਪ ਨੂੰ ਖਬਰ ਹੋਈ ਤੇ ਮੁਰੀਦ ਨੂੰ ਬੁਲਾ ਕੇ ਡਾਂਟ ਕੇ ਫਰਮਾ ਕੁੱਤਾ ਢੂੰਡ ਕੇ ਲਿਆਓ। ਕੁੱਤਾ ਢੂੰਡ ਕੇ ਮੁਰੀਦ ਲਿਆ ਤੇ ਹਜ਼ਰਤ ਪੀਰ ਜਮਾਤ ਅਲੀ ਸ਼ਾਹ ਸੈਯਦਾਦੇ ਹੋ ਕੇ ਨਾ ਤੇ ਕੁੱਤੇ ਦੇ ਸਾਹਮਣੇ ਹੱਥ ਜੋੜ ਕੇ ਖੜੇ ਤੇ ਰੋ ਕੇ ਫਰਮਾਤ ਨੇ ਇੱਥੇ ਹੀ ਮਾਫ਼ ਕਰ ਦੇ ਯਾਰ ਨੂੰ, ਸ਼ਿਕਾਇਤ ਨਾ ਲਾ ਦੇ ਯਾਰ ਨੂੰ ਸ਼ਿਕਾਇਤ। ਸ਼ਬਾਸ਼ ਦਿਆ ਜੀ ਬੋਲ ਕੇ ਕਹਿੰਦਾ ਕੀ ਚੜੀ ਚਾਰ ਦੀ ਫਿਰਾ